ਗੁੱਡ ਮਾਰਨਿੰਗ ਦੋਸਤੋ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਮੇਰਾ ਨਾਮ ਹੈਗਾ ਇਸ਼ਾਨ ਜੌਲੀ। ਵੈਲਕਮ ਬੈਕ ਟੂ ਅਨਦਰ ਵੀਡੀਓ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪੰਜਾਬੀ ਸ਼ੌਪ, ਪੰਜਾਬੀਆਂ ਦੀਆਂ ਦੁਕਾਨਾਂ, ਅਤੇ ਤੁਹਾਨੂੰ ਦਿਖਾਵਾਂਗੇ ਪੰਜਾਬੀ ਏਰੀਆ। ਅਤੇ ਉਹ ਤੋਂ ਪਹਿਲਾਂ ਆਪਾਂ ਜਾਣਾ ਜੀ ਬਾਲ ਕਟਾਉਣ 'ਚੋਂ। ਕਈ ਲੋਕ ਸੋਚ ਰਹੇ ਹੋਣਗੇ ਇੱਥੇ ਬਾਲ ਕਟਾਉਣ 'ਚ ਕਿੰਨੇ ਪੈਸੇ ਲੱਗ ਜਾਂਦੇ ਆ, ਤਾਂ ਇਹ ਡਿਪੈਂਡ ਕਰਦਾ ਵਾ ਕਿ ਤੁਸੀਂ ਕੀ ਤੋਂ ਕਟਾ ਰਹੇ ਹੋ। ਇੱਥੇ ਕਈ ਦੁਕਾਨਾਂ ਵਾ ਜਿਹੜੇ ਲੈਂਦੇ ਆ $20 to $25, $50 ਤੱਕ ਵੀ ਲੈਂਦੇ ਆ, ਅਤੇ ਕਈ ਦੁਕਾਨਾਂ ਜਿਹੜੇ ਲੈਂਦੇ ਆ $10, $8, $11, ਅਤੇ ਜਿਨ੍ਹਾਂ ਕੋਲ ਮੈਂ ਜਾ ਰਿਹਾ ਵਾ ਉਹ ਲੈਂਦੇ ਆ ਜੀ $11। ਅਤੇ ਬਹੁਤ ਵਧੀਆ, ਮੈਨੂੰ ਲਗਭਗ ਸਾਲ ਹੋ ਚੱਲਿਆ ਉਹਨਾਂ ਕੋਲ ਜਾਂਦਿਆਂ ਨੂੰ। ਅਤੇ ਇੱਕ ਦੂਜੀ ਗੱਲ, ਇੱਥੇ ਕਿਹੜੇ ਬਾਲ ਆ ਕੁੜੀਆਂ ਕੱਟਦੀਆਂ ਵਾ, 80% ਕੁੜੀਆਂ ਬਾਲ ਕੱਟਦੀਆਂ ਵਾ, 20% ਹੈਗੀਆਂ ਮੁੰਡਿਆਂ ਦੀਆਂ ਦੁਕਾਨਾਂ ਵੀ, ਪਰ ਆਪਾਂ ਕਿਹੜੀ ਦੁਕਾਨ 'ਤੇ ਜਾ ਰਹੇ ਹਾਂ ਉੱਥੇ ਬਾਲ ਜੀ ਕੁੜੀਆਂ ਹੀ ਕੱਟਦੀਆਂ ਵਾ। ਆਪਾਂ ਬਾਲ ਕਟਾ ਕੇ ਘਰ ਆ ਚੁੱਕੇ ਹਾਂ, ਉਹਨੇ ਥੋੜ੍ਹੇ ਜ਼ਿਆਦਾ ਹੀ ਛੋਟੇ ਕਰਤੇ ਜਿਵੇਂ ਆਪਣੇ ਗੈਰੀ ਸੰਧੂ ਦੇ ਨੇਗੇ, ਉਵੇਂ ਲੱਗੀ ਜਾ ਰਿਹਾ ਵਾ। ਅਤੇ ਹੁਣ ਬਸ ਆਪਾਂ ਨਹਾਉਣਾ ਵਾ, ਨਹਾ ਕੇ ਆਪਾਂ ਜਾਣਾ ਫਿਰ ਤੁਹਾਨੂੰ ਦਿਖਾਉਣਾ ਵਾ ਪੰਜਾਬੀਆਂ ਦਾ ਏਰੀਆ। ਹੁਣ ਜੀ ਆਪਾਂ ਪਹੁੰਚ ਚੁੱਕੇ ਹਾਂ ਮੈਂਡਲੇ ਵਾਲੇ ਪੰਜਾਬੀਆਂ ਦੀ ਮਾਰਕੀਟ ਵਿੱਚ, ਅਤੇ ਇੱਥੇ ਤੁਹਾਨੂੰ ਬਾਲ ਕੱਟਣ ਵਾਲੇ ਵੀ ਪੰਜਾਬੀ ਮਿਲਣਗੇ, ਮਠਿਆਈਆਂ ਵੇਚਣ ਵਾਲੇ ਵੀ ਪੰਜਾਬੀ ਮਿਲਣਗੇ, ਸੂਟ ਵੇਚਣ ਵਾਲੇ ਵੀ ਪੰਜਾਬੀ ਮਿਲਣਗੇ, ਟੈਕਸ ਭਰਨ ਵਾਲੇ ਵੀ ਪੰਜਾਬੀ ਮਿਲਣਗੇ। ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਨਾਂ ਦੀਆਂ ਦੁਕਾਨਾਂ, ਪੰਜਾਬੀ ਦੁਕਾਨਾਂ, ਸਾਰੀਆਂ ਹੀ ਪੰਜਾਬੀ ਦੁਕਾਨਾਂ।